ਦੇਖੋ ਜੀ, ਜਦੋਂ ਸਾਨੂੰ ਪਤਾ ਲੱਗਿਆ ਨਾ ਸਵੇਰੇ ਸਵੇਰੇ, ਬੜਾ ਕਰਮਾਂ ਵਾਲਾ ਮੈਂ ਕਹੂੰਗੀ, ਭਾਗਾਂ ਵਾਲਾ ਕਹੂੰਗੀ, ਖੁਸ਼ੀਆਂ ਵਾਲਾ ਕਹੂੰਗੀ, ਦਿਨ ਚੜ੍ਹਿਆ ਸੀ ਨਾ, ਜੱਚਾ ਕਹਿਣਾ ਵੀ ਅਸੀਂ ਜੱਚਾ ਗਾਉਂਦੇ ਹਾਂ, ਜਿਹਦੇ ਵਿੱਚ ਬੱਚੇ ਦੀ, ਜੱਚਾ ਦੀ, ਦੋਨਾਂ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਮੇਰੇ ਪੂਰੇ ਪਰਿਵਾਰ ਵੱਲੋਂ ਜੱਚਾ ਜਿਹੜਾ ਗਾਇਆ ਗਿਆ। ਭਾਈਆਂ ਨਾਲੋਂ ਨੇ ਪਤੀ ਜੇ ਪਿਆਰੇ, ਭੂਆ ਕਹਿ ਕੇ ਮੱਥਾ ਟੇਕਦੇ, ਤੇਰਾ ਜੰਮ ਜੰਮ ਨੀ ਰਾਣੀਏ ਜੀਵੇ ਕਾਕਾ, ਤੇਰਾ ਜੁਗ ਜੁਗ ਨੀ ਰਾਣੀਏ ਜੀਵੇ ਕਾਕਾ। ਮੇਰਾ ਨਿੱਕਾ ਜਿਹਾ ਵੀਰ, ਮੇਰਾ ਪੁੱਤ ਹੈ ਨਾ, ਉਹ ਆ ਗਿਆ, ਲੰਬੀਆਂ ਲੰਬੀਆਂ ਉਮਰਾਂ ਵਾਲਾ ਹੋਵੇ, ਚੜ੍ਹਦੇ ਸੂਰਜ ਵਾਂਗੂ ਉਸ ਪੁੱਤ ਨੂੰ ਸਲਾਮਾਂ ਕਰਨ ਲੋਕ, ਰਹਿੰਦੀ ਦੁਨੀਆ ਤੱਕ ਉਹ ਰਹੇ ਮੇਰਾ ਪੁੱਤ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੇ ਦੇਸ਼ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਸਿੱਧੂ ਮੂਸੇਵਾਲੇ ਦੇ ਘਰ ਇੱਕ ਜਿਹੜਾ ਛੋਟੇ ਬੱਚੇ ਨੇ ਜਨਮ ਲਿਆ, ਯਾਨੀ ਕਿ ਕਿਹਾ ਜਾ ਰਿਹਾ ਇੱਕ ਸਿੱਧੂ ਮੂਸੇਵਾਲਾ ਹੋਰ ਆ ਗਿਆ। ਜੇਕਰ ਗੱਲ ਕੀਤੀ ਜਾਵੇ ਪੂਰੇ ਦੇਸ਼ ਦੀ ਕਲਾਕਾਰਾਂ ਦੀ, ਤਾਂ ਵਧਾਈਆਂ ਦਾ ਜਿਹੜਾ ਤਾਂਤਾ ਉਹ ਲੱਗਿਆ ਹੋਇਆ ਹੈ। ਮਹੰਤਾਂ ਦੀ ਗੱਲ ਕੀਤੀ ਜਾਵੇ, ਮਹੰਤ ਵੀ ਜਿਹੜੇ ਨੇ ਖੁਸ਼ੀ ਮਨਾ ਰਹੇ ਨੇ। ਜਸਲੀਨ ਪਟਿਆਲਾ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਨੇ, ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਆਪਣੇ ਪੱਧਰ 'ਤੇ ਜਿਹੜੀ ਖੁਸ਼ੀ ਆ ਉਹ ਮਨਾਈ ਹੈ। ਸਾਡੇ ਵਿੱਚ ਮੌਜੂਦ ਨੇ ਜਸਲੀਨ ਪਟਿਆਲਾ ਜੀ, ਕਿਸ ਤਰ੍ਹਾਂ ਤੁਸੀਂ ਖੁਸ਼ੀ ਮਨਾਈ ਹੈ? ਕਲਾਕਾਰ ਵੀ ਜਿਹੜੇ ਨੇ ਖੁਸ਼ੀ ਮਨਾ ਰਹੇ ਨੇ, ਪਰਿਵਾਰ ਦੇ ਕੋਲ ਜਾ ਰਹੇ ਨੇ, ਉਸ ਨਿੰਨਾ ਬੱਚੇ ਨੂੰ ਚੱਕ ਕੇ ਫੋਟੋਆਂ ਵੀ ਸ਼ੇਅਰ ਕਰ ਰਹੇ ਨੇ, ਤੁਹਾਡੇ ਕਿਵੇਂ ਅੰਦਾਜ਼ ਵਿੱਚ ਖੁਸ਼ੀ ਜ਼ਾਹਿਰ ਕੀਤੀ ਹੈ ਤੁਸੀਂ? ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਪਟਿਆਲੇ ਵਾਲੀ ਜਸਲੀਨ। ਦੇਖੋ ਜੀ, ਜਦੋਂ ਸਾਨੂੰ ਪਤਾ ਲੱਗਿਆ ਨਾ ਸਵੇਰੇ ਸਵੇਰੇ, ਬੜਾ ਕਰਮਾਂ ਵਾਲਾ ਮੈਂ ਕਹੂੰਗੀ, ਭਾਗਾਂ ਵਾਲਾ ਕਹੂੰਗੀ, ਖੁਸ਼ੀਆਂ ਵਾਲਾ ਕਹੂੰਗੀ, ਦਿਨ ਚੜ੍ਹਿਆ ਸੀ ਨਾ, ਤਾਂ ਸਵੇਰ ਤੋਂ ਹੀ ਹੈ ਨਾ, ਉਸ ਤੋਂ ਬਾਅਦ ਜਦੋਂ ਸਾਨੂੰ ਖਬਰ ਮਿਲੀ, ਉਸ ਤੋਂ ਬਾਅਦ ਅਸੀਂ ਆਪਣੇ ਡੇਰੇ ਦੇ ਵਿੱਚ ਜੱਟਾਂ ਵਾਲੇ ਚੌਂਤਰੇ, 384/7 ਜੱਟਾਂ ਵਾਲਾ ਚੌਂਤਰਾ, ਮਹੰਤ ਪੂਨਮ ਜੀ ਦਾ ਡੇਰਾ, ਜੋ ਮੇਰੇ ਵੱਡੇ ਗੁਰੂ ਜੀ ਨੇ, ਸਭ ਤੋਂ ਵੱਡੇ ਵਾਲੇ ਗੱਦੀ ਨਸ਼ੀਨ, ਉਹਨਾਂ ਦੇ ਡੇਰੇ ਵਿੱਚ ਹੈ ਨਾ, ਮੈਂ ਵੀ ਉਸ ਡੇਰੇ ਤੋਂ ਬਿਲੋਂਗ ਕਰਦੀ ਹਾਂ, ਉਹ ਸਾਡੇ ਡੇਰੇ ਵਿੱਚ ਪਰਿਵਾਰ ਨੇ ਮਿਲ ਕੇ ਸਾਡੇ ਵੱਲੋਂ ਇੱਕ ਜੱਚਾ ਗਾਇਆ ਜਾਂਦਾ, ਜਿਹਨੂੰ ਜੱਚਾ ਬੱਚਾ ਸ਼ਬਦ ਕਹਿ ਲਓ, ਜਾਂ ਕਹਿ ਲਓ ਵੀ ਇੱਕ ਭਜਨ ਦੇ ਰੂਪ 'ਚ ਕਹਿ ਲਓ, ਜਾਂ ਇੱਕ ਦੁਆਵਾਂ ਦੇ ਰੂਪ 'ਚ ਕਹਿ ਲਓ, ਇੱਕ ਮਤਲਬ ਕਿ ਇੱਕ ਸ਼ਬਦ ਦੇ ਰੂਪ ਦੇ ਵਿੱਚ ਗਾਇਆ ਜਾਂਦਾ, ਜਿਹਨੂੰ ਜੱਚਾ ਕਹਿੰਦੇ ਵੀ ਅਸੀਂ ਜੱਚਾ ਗਾਉਂਦੇ ਹਾਂ, ਜਿਹਦੇ ਵਿੱਚ ਬੱਚੇ ਦੀ, ਜੱਚਾ ਦੀ, ਦੋਨਾਂ ਦੀ ਪਰਮਾਤਮਾ ਅੱਗੇ ਇੱਕ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਮੇਰੇ ਪੂਰੇ ਪਰਿਵਾਰ ਵੱਲੋਂ ਉਹ ਜੱਚਾ ਜਿਹੜਾ ਗਾਇਆ ਗਿਆ, ਢੋਲਕ ਵਜਾਈ ਗਈ ਹੈ ਨਾ, ਬਾਕਾਇਦਾ ਅਸੀਂ ਬੋਲੀਆਂ ਪਾ ਕੇ ਨੱਚੇ, ਬੜੀ ਖੁਸ਼ੀ ਜ਼ਾਹਿਰ ਕੀਤੀ, ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ, ਲੰਘਦੇ ਵੜਦਿਆਂ ਨੂੰ ਵੀ ਵਧਾਈਆਂ ਦਿੱਤੀਆਂ, ਬੜਾ ਕਰਮਾਂ ਵਾਲਾ ਦਿਨ ਸੀ ਜੀ। ਜਿਹੜਾ ਉਹ ਸ਼ਬਦ ਗਾਇਨ ਕੀਤਾ ਗਿਆ ਸੀ ਜੋ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ, ਜਦੋਂ ਕਿਸੇ ਘਰ ਦੇ ਵਿੱਚ ਖੁਸ਼ੀ ਹੁੰਦੀ ਹੈ ਤਾਂ ਮਹੰਤਾਂ ਨੂੰ ਲੋਕ ਪੂਜਦੇ ਨੇ, ਅਤੇ ਆਪਣੇ ਪੱਧਰ 'ਤੇ ਜੋ ਸੇਵਾ ਹੁੰਦੀ ਹੈ ਉਹ ਦਿੰਦੇ ਨੇ, ਤਾਂ ਤੁਸੀਂ ਉਹ ਜਿਹੜਾ ਗਾਇਆ ਸੀ ਉਹ ਸ਼ਬਦ ਜਿਹੜੇ ਸਾਂਝੇ ਕੀਤੇ ਜਾਣ। ਬਿਲਕੁਲ ਜੀ ਬਿਲਕੁਲ, ਤੁਹਾਨੂੰ ਉਹਦੇ ਕਲਿਪਸ ਵੀ ਮਿਲ ਜਾਣਗੀਆਂ, ਅਤੇ ਮੈਂ ਤੁਹਾਨੂੰ ਸੁਣਾ ਵੀ ਦਿੰਦੀ ਹਾਂ ਉਹ, ਹੈ ਨਾ, ਤੇਰਾ ਜੰਮ ਜੰਮ ਨੀ ਰਾਣੀਏ ਜੀਵੇ ਕਾਕਾ, ਤੇਰਾ ਜੁਗ ਜੁਗ ਨੀ ਰਾਣੀਏ ਜੀਵੇ ਕਾਕਾ, ਜੀਵੇ ਕਾਕਾ ਰੱਬ ਰਾਖਾ, ਜੀਵੇ ਕਾਕਾ ਤੇਰਾ ਜੰਮ ਜੰਮ ਨੀ ਰਾਣੀਏ ਜੀਵੇ ਕਾਕਾ। ਅੱਧੀ ਅੱਧੀ ਰਾਤ ਮੁੰਡਾ ਦੁੱਧ ਮੰਗਦਾ ਕੁੜੇ, ਅੱਧੀ ਅੱਧੀ ਰਾਤ ਮੁੰਡਾ ਦੁੱਧ ਮੰਗਦਾ ਕੁੜੇ, ਹੋ ਤੈਨੂੰ ਲਿਮਕੇ ਦੀ ਬੋਤਲ ਪਲਾਵਾਂ ਲਾ ਲਵੇ, ਜੀਵੇ ਕਾਕਾ ਤੇਰਾ ਜੰਮ ਜੰਮ ਨੀ ਰਾਣੀਏ ਜੀਵੇ ਕਾਕਾ। ਤੁਸੀਂ ਗੱਲ ਕੀਤੀ ਜਾਵੇ, ਤੁਸੀਂ ਪਰਿਵਾਰ ਦੇ ਨਾਲ ਜਿਹੜਾ ਮਿਲ ਕੇ ਵੀ ਆਏ ਸੀ, ਉਸ ਤੋਂ ਬਾਅਦ ਫੋਟੋਆਂ ਵੀ ਜਿਹੜੀਆਂ ਸ਼ੇਅਰ ਕੀਤੀਆਂ ਸੀ, ਹੁਣ ਦੁਬਾਰਾ ਜਦੋਂ ਮਹੰਤ ਨੇ, ਕਦੋਂ ਜਾ ਰਹੇ ਤੁਸੀਂ ਆਪਣਾ ਜਿਹੜਾ ਜੱਥਾ ਲੈ ਕੇ ਪਰਿਵਾਰ ਨੂੰ ਖੁਸ਼ੀਆਂ ਵਾਸਤੇ ਸਾਂਝੀ ਕਰਨ ਵਾਸਤੇ ਕਦੋਂ ਜਾ ਰਹੇ ਹੋ? ਦੇਖੋ ਜੀ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ, ਜਿਹੜੀ ਆਮ ਮੇਰੇ ਲੋਕ ਨੇ, ਉਹਨਾਂ ਨੂੰ ਚਾਹੁਣ ਵਾਲੇ ਨੇ, ਹੈ ਨਾ, ਮੇਰਾ ਨਿੱਕਾ ਜਿਹਾ ਵੀਰ, ਮੇਰਾ ਪੁੱਤ ਹੈ ਨਾ, ਉਹ ਆ ਗਿਆ, ਲੰਬੀਆਂ ਲੰਬੀਆਂ ਉਮਰਾਂ ਵਾਲਾ ਹੋਵੇ, ਕਦੇ ਨਹਾਉਂਦੇ ਤਾਂ ਉਹਦਾ ਵਾਲ ਨਾ ਟੁੱਟੇ, ਪਰਮਾਤਮਾ ਉਸ ਨੂੰ ਹਰ ਬਿਮਾਰੀ ਤੋਂ ਬਚਾ ਕੇ ਰੱਖੇ। ਮੈਂ ਕਹਿੰਦੀ ਹਾਂ ਜੀ, ਤੁਹਾਡਾ ਨਾ ਸਾਡਾ ਹੋ ਕੇ ਜੀਵੇ, ਇੰਨੀਆਂ ਲੰਬੀਆਂ ਉਮਰਾਂ ਹੋਣ, ਚੜ੍ਹਦੇ ਸੂਰਜ ਵਾਂਗੂ ਉਸ ਪੁੱਤ ਨੂੰ ਸਲਾਮਾਂ ਕਰਨ ਲੋਕ, ਰਹਿੰਦੀ ਦੁਨੀਆ ਤੱਕ ਉਹ ਰਹੇ ਮੇਰਾ ਪੁੱਤ।
ਅਤੇ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਅਪੀਲ ਕਰਦੀ ਹਾਂ ਕਿ ਬੱਚੇ ਨੂੰ ਥੋੜ੍ਹਾ ਜਿਹਾ ਵੱਡਾ ਹੋ ਲੈਣ ਦਿਉ, ਜਿਵੇਂ 15-20 ਦਿਨ, ਮਹੀਨਾ 2 ਮਹੀਨੇ ਦਾ ਹੋ ਜਾਣ ਦਿਉ, ਉਹਦੇ ਤੋਂ ਬਾਅਦ ਹੀ ਉਹਨੂੰ ਸਾਰੇ ਮਿਲ ਕੇ ਆਓ, ਪਿਆਰ ਦੇ ਕੇ ਆਓ, ਆਸ਼ੀਰਵਾਦ ਦੇ ਕੇ ਆਓ, ਉਹਦੀ ਦੁਆ ਕਰੋ ਆਪਣੇ ਘਰ ਬੈਠ ਕੇ ਕਿ ਜੱਚਾ ਬੱਚਾ ਦੋਨੋਂ ਤੰਦਰੁਸਤ ਹੀ ਰਹਿਣ। ਅਤੇ ਅਸੀਂ ਵੀ ਪੂਰਾ ਜਿਹੜਾ ਮੇਰਾ ਪਰਿਵਾਰ ਆ ਮਹੰਤਾਂ ਦਾ, ਉੱਥੇ ਜਾ ਕੇ ਜੋ ਵੀ ਮਤਲਬ ਕਿ ਇੱਕ ਬਾਂਦਰ ਬਾਲ ਬੰਨਣ ਦੀ ਇੱਕ ਸਕੀ ਰਸਮ ਹੁੰਦੀ ਆ ਉਹ ਨਿਭਾਵਾਂਗੇ, ਜ਼ਰੂਰ ਜਾਵਾਂਗੇ, ਉੱਥੇ ਨੱਚ ਗਾ ਕੇ ਵੀ ਆਵਾਂਗੇ ਨਾ। ਪਰ ਜਿਹੜਾ ਵਧਾਈ ਦਾ ਕਨਸੈਪਟ ਹੈ ਉਹ ਮੇਰੇ ਮਾਨਸਾ ਵਾਲੇ ਮਹੰਤ ਜੀ ਨੇ ਜਿਹੜੇ, ਜਾਂ ਜਿਹੜੇ ਉਸ ਮੂਸਾ ਪਿੰਡ ਨੂੰ ਮਹੰਤ ਜੀ ਲੱਗਦੇ ਨੇ, ਜਿਨ੍ਹਾਂ ਦਾ ਉਹ ਇਲਾਕਾ ਪੈਂਦਾ ਏ, ਵਧਾਈ ਦਾ ਕਨਸੈਪਟ ਉਹਨਾਂ ਨਾਲ ਸੰਬੰਧਿਤ ਆ, ਉਹੀ ਗੱਲਬਾਤ ਕਰਨਗੇ ਇਸ ਸਿਲਸਿਲੇ 'ਤੇ, ਹੈ ਨਾ। ਇਹਦੇ ਵਿੱਚ ਮੈਂ ਕਿਸੇ ਨੂੰ ਦੋ ਰਾਏ ਨਹੀਂ ਕਰਨਾ ਚਾਹੁੰਦੀ ਹੈਗੀ, ਕਿਸੇ ਨੂੰ ਏਰੀਆ ਪੈਂਦਾ ਜਾਣ ਕਿ ਉਹ ਵਧਾਈ ਜ਼ਰੂਰ ਲੈ ਸਕਦਾ, ਉਹ ਲੈਣਗੇ ਜੀ, ਉਹਨਾਂ ਉਹ ਖੁਸ਼ ਹੋ ਕੇ ਲੈਣਗੇ, ਉਹ ਨੱਚ ਟੱਪ ਕੇ ਵੀ ਆਉਣਗੇ। ਪਰ ਹਾਂ, ਅਸੀਂ ਆਪਣੇ ਵੱਲੋਂ ਵੀ ਖੁਸ਼ੀ ਜ਼ਾਹਰ ਕਰਕੇ ਆਵਾਂਗੇ, ਕਿਉਂਕਿ ਉਹ ਮੇਰਾ ਪੁੱਤ ਆ, ਮੇਰਾ ਵੀਰ ਆ ਨਿੱਕਾ, ਅਸੀਂ ਜ਼ਰੂਰ ਖੁਸ਼ੀਆਂ ਮਨਾਉਣੀਆਂ ਨੇ, ਅਸੀਂ ਤਾਂ ਆਪਣੇ ਘਰ ਵੀ ਖੁਸ਼ੀਆਂ ਮਨਾਈਆਂ, ਸਾਨੂੰ ਤਾਂ ਬਹੁਤ ਖੁਸ਼ੀ ਆ ਜੀ। ਜਿਸ ਤਰ੍ਹਾਂ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦੀ, ਆਪਾਂ ਥੋੜ੍ਹੇ ਪਿੱਛੇ ਜਾਂਦੇ ਹਾਂ, ਕਿਉਂਕਿ ਲੋਕਾਂ ਨੇ ਬੜਾ ਉਹਨਾਂ ਨੂੰ ਚਾਹਿਆ, ਉਹਨਾਂ ਦੀ ਜਿਹੜੀ ਆ ਗਾਇਕੀ ਨੂੰ ਵੀ ਬੜਾ ਪਸੰਦ ਕੀਤਾ। ਪਰ ਜਿਹੜੇ ਘਰ ਕਲਾਕਾਰਾਂ ਦੀ ਗੱਲ ਕੀਤੀ ਜਾਵੇ, ਲਗਾਤਾਰ ਜਿਹੜਾ ਫੇਮ ਖੱਟਣ ਵਾਸਤੇ ਕਲਾਕਾਰ ਜਿਹੜੇ ਘਰ ਪਹੁੰਚ ਰਹੇ ਨੇ, ਤੁਸੀਂ ਦੇਖ ਹੀ ਰਹੇ ਹੋ, ਤੁਸੀਂ ਵੀ ਇੰਸਟਾਗ੍ਰਾਮ 'ਤੇ ਲਗਾਤਾਰ ਜਿਹੜਾ ਫੋਲੋ ਕਰਦੇ ਹੋ, ਜਿਹੜੀਆਂ ਫੋਟੋਆਂ ਜਿਹੜੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਠੀਕ ਆ ਉਹ? ਦੇਖੋ ਚਲੋ ਇਹ ਤਾਂ ਠੀਕ ਹੈ, ਚਲੋ ਬੱਚਾ ਹੋ ਗਿਆ, ਉਹਦੀਆਂ ਫੋਟੋਆਂ ਵਾਇਰਲ ਕਰ ਲਓ, ਮੈਨੂੰ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਮੈਂ ਕੁਛ ਦਿਨ ਪਹਿਲਾਂ ਦੀ ਦੱਸਦੀ ਹਾਂ, ਅੱਜ ਤੋਂ 10 ਕੁ ਦਿਨ ਪਹਿਲਾਂ ਦੀ ਗੱਲ, ਅਤੇ ਜਦੋਂ ਉਹਨਾਂ ਨੇ ਇਹ ਗੱਲ ਜੱਗ ਜ਼ਾਹਰ ਕਰੀ ਹੈ ਨਾ ਕਿ ਬੀਬੀ ਜੀ ਨੇ ਬੱਚੇ ਨੂੰ ਜਨਮ ਦੇਣਾ ਹੈ ਮਾਤਾ ਜੀ ਨੇ, ਤਾਂ ਜਿਹੜੇ ਆ ਆਪਣੇ ਜਣੇ ਖਣੇ ਚੈਨਲ ਵਾਲੇ ਨੇ ਆਪਣਾ TRP ਵਧਾਉਣ ਲਈ ਨਾ ਖਾਮ ਖਾ ਦੀਆਂ ਖਬਰਾਂ, ਮਾਤਾ ਜੀ ਢਿੱਲੇ ਹੋ ਗਏ ਜੀ, ਉਹਨਾਂ ਦੀ ਸਿਹਤ ਨਹੀਂ ਠੀਕ, ਉਹਨਾਂ ਦੀ ਸਿਹਤ ਠੀਕ ਹੈ ਜੀ, ਉਹ ਐਡਮਿਟ ਹੋ ਗਏ ਜੀ, ਨਹੀਂ ਐਡਮਿਟ ਹੋਏ ਜੀ, ਇਹ ਵੇ ਆਫ ਟਾਕਿੰਗ ਜਿਨ੍ਹਾਂ ਨੇ ਕੀਤੀ, ਮੈਂ ਉਹਨਾਂ ਨੂੰ ਬਹੁਤ ਝਾੜਿਆ ਵੀ ਸੀ ਇਸ ਗੱਲ 'ਤੇ ਵੀ ਦੇਖੋ ਬੱਚਾ ਹੋਊਗਾ ਸਭ ਨੂੰ ਪਤਾ ਲੱਗਣਾ, ਚੰਨ ਚੜ੍ਹਨਾ ਸਾਰੀ ਦੁਨੀਆ ਨੂੰ ਰੋਸ਼ਨ ਹੋਣਾ। ਅੱਜ ਚਲੋ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਤੁਸੀਂ ਜੰਮ ਜੰਮ ਕੇ ਉਹਦੀਆਂ ਖਬਰਾਂ ਲਾਓ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਖਬਰਾਂ ਨਾਲ, ਹੈ ਨਾ। ਪਰ ਪਹਿਲਾਂ ਹੀ ਨਾ ਕਿਸੇ ਨੂੰ ਜਲੀਲ ਕਰੋ, ਕਿਸੇ ਨੂੰ ਕੀ ਪਤਾ, ਉਹਨਾਂ ਨੇ ਆਪਣੇ ਦਿਲ ਦੇ ਉੱਤੇ ਆਪਣੇ ਹੱਥ ਰੱਖ ਕੇ ਦੇਖੋ, ਇਹ ਜਿਹੜਾ ਫੈਸਲਾ ਸੀ ਨਾ ਬਹੁਤ ਔਖਾ ਸੀ ਲੈਣਾ ਉਹਨਾਂ ਲਈ ਵੀ, ਉਹ ਜਾਣਦੇ ਨੇ ਜਾਂ ਉਹ ਪਰਮਾਤਮਾ ਜਾਣਦਾ ਕਿਵੇਂ ਉਹਨਾਂ ਨੇ ਇਹ ਫੈਸਲਾ ਲਿੱਤਾ, ਹੈ ਨਾ। ਪਰਮਾਤਮਾ ਨਾ ਕਰੇ, ਰੱਬ ਨਾ ਕਰੇ, ਕਿਸੇ ਨੂੰ ਇਹ ਫੈਸਲਾ ਲੈਣਾ ਪਵੇ ਜੀ, ਕਿਸੇ ਦਾ ਪੁੱਤ ਨਾ ਜਾਵੇ ਜ਼ਿੰਦਗੀ 'ਚ। ਅਤੇ ਹੁਣ ਇੱਕ ਖੁਸ਼ਖਬਰੀ ਹੋਰ ਵੀ ਆਉਣ ਵਾਲੀ ਆ, ਮੇਰੇ ਵੀਰ ਜੀ ਭਗਵੰਤ ਮਾਨ ਸਾਹਿਬ ਦੇ ਘਰ ਖੁਸ਼ਖਬਰੀ ਆਉਣ ਵਾਲੀ ਆ। ਮੈਂ ਤਾਂ ਕਹਿੰਦੀ ਹਾਂ ਮੈਂ ਉਹਨਾਂ ਦੇ ਘਰ ਵੀ ਜਾਵਾਂ ਛੇਤੀ ਛੇਤੀ, ਪਰਮਾਤਮਾ ਉਹਨਾਂ ਨੂੰ ਪੁੱਤ ਦੇਵੇ, ਧੀ ਦੇਵੇ, ਪਰ ਸਾਡੇ ਵਰਗਾ ਨਾ ਦੇਵੇ। ਮੈਂ ਤਾਂ ਕਹਿੰਦੀ ਕਿਸੇ ਨੂੰ ਵੀ ਰੱਬ ਪੁੱਤ ਦੇਵੇ, ਧੀ ਦੇਵੇ, ਪਰ ਸਾਡੇ ਵਰਗਾ ਨਾ ਦੇਵੇ। ਅਸੀਂ ਤਾਂ ਕਹਿੰਦੇ ਹਾਂ ਪਰਮਾਤਮਾ ਕਰੇ ਜੱਚਾ ਬੱਚਾ ਠੀਕ ਰਹਿਣ, ਤੰਦਰੁਸਤ ਰਹਿਣ, ਲੰਬੀਆਂ ਉਮਰਾਂ ਵਾਲੇ ਹੋਣ। ਭਗਵੰਤ ਮਾਨ ਦੀ ਗੱਲ ਕੀਤੀ ਹੈ, ਤੁਸੀਂ ਉਹਨਾਂ ਦੇ ਘਰ ਵੀ ਖੁਸ਼ੀ ਆਉਣ ਵਾਲੀ ਹੈ, ਤੁਸੀਂ ਵੀ ਉਹਨਾਂ ਦੇ ਘਰ ਜਾਓਗੇ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ, ਕਿਉਂਕਿ ਤੁਹਾਡਾ ਬੜਾ ਫੇਮ ਹੈ, ਅਲੱਗ ਜਿਹੜੀ ਪਛਾਣ ਹੈ ਉਹਨਾਂ ਦੇ ਘਰ ਵਧਾਈ ਦੇਣ ਵਾਸਤੇ, ਖਾਸ ਤੌਰ 'ਤੇ ਤੁਹਾਡਾ ਜਿਹੜਾ ਭਾਈਚਾਰਾ ਉਹ ਜਾਵੇਗਾ। ਬਿਲਕੁਲ ਜੀ ਬਿਲਕੁਲ, ਮੈਂ ਤਾਂ ਮਾਨ ਸਾਹਿਬ ਦੇ ਵੀ ਜਾਊਂਗੀ, ਮੇਰਾ ਤਾਂ ਭਰਾ ਹੈ ਜੀ ਉਹ, ਜਿਹਨੂੰ ਆਪਣਾ ਦਿਲ ਤੋਂ ਹੀ ਭਰਾ ਮੰਨ ਲਿਆ, ਹੈ ਨਾ। ਅਤੇ ਦੇਖੋ ਭਰਾ ਤਾਂ ਰਿਸ਼ਤੇ ਤਾਂ ਜਨਮਾਂ ਦੇ ਹੁੰਦੇ ਨੇ ਜੀ, ਮੈਂ ਜਿਹਨੂੰ ਆਪਣਾ ਭਰਾ ਮੰਨ ਲਿਆ ਤਾਂ ਮੇਰਾ ਭਰਾ ਹੀ, ਔਰ ਰਹਿੰਦੀ ਦੁਨੀਆ ਤੱਕ ਮੇਰਾ ਭਰਾ ਹੀ ਰਹਿਣਾ, ਮੇਰੀ ਭਾਬੀ ਰਹਿਣੀ ਹੈ ਡਾਕਟਰ ਗੁਰਪ੍ਰੀਤ ਕੌਰ ਜੀ। ਪਰਮਾਤਮਾ ਕਰੇ ਤੰਦਰੁਸਤੀਆਂ ਹੋਵੇ, ਮੈਂ ਤਾਂ ਇਹੀ ਦੁਆ ਕਰਦੀ ਹਾਂ ਜਿੱਥੇ ਮੇਰੇ ਭਾਈ ਭਰਜਾਈ ਦੀ ਕਲਮ ਚੱਲੇ ਉਹ ਹਮੇਸ਼ਾ ਹੱਕ ਅਤੇ ਸੱਚ ਲਈ ਉਹ ਚੱਲੇ, ਬਸ। ਉਮੀਦਾਂ ਬੜੀਆਂ, ਤੁਹਾਨੂੰ ਲੱਗਦਾ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਤੁਸੀਂ ਗੱਲ ਕੀਤੀ ਹੈ, ਕਿਉਂਕਿ ਜਿਸ ਤਰ੍ਹਾਂ ਉਹਦੀ ਗਾਇਕੀ ਸੀ ਕਿ ਤੁਹਾਨੂੰ ਲੱਗਦਾ ਵੀ ਛੋਟਾ ਬੱਚਾ ਉਸ ਰਾਹ 'ਤੇ ਚੱਲ ਸਕਿਆ, ਕਿਉਂਕਿ ਅਜੇ ਸਮਾਂ ਬਹੁਤ ਪਿਆ, ਕਿਉਂਕਿ ਲੋਕਾਂ ਨੂੰ ਉਮੀਦਾਂ ਬੜੀਆਂ ਨੇ, ਕੀ ਸਮਝਦੇ ਉਸ ਨੂੰ? ਦੇਖੋ ਜੀ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦੀ, ਆਪਾਂ ਤਾਂ ਕਹਿੰਦੇ ਹਾਂ ਜੀ ਉਹ ਲੰਬੀਆਂ ਉਮਰਾਂ ਵਾਲਾ ਹੋਵੇ, ਤੰਦਰੁਸਤ ਰਹੇ, ਕੋਈ ਅੱਛੇ ਕੰਮ ਕਰੇ ਮੇਰਾ ਪੁੱਤ, ਕੋਈ ਐਸਾ ਅਫਸਰ ਬਣ ਜੇ, ਐਸਾ ਕੋਈ IPS PCS ਅਫਸਰ ਬਣੇ, ਮੈਂ ਤਾਂ ਕਹਿੰਦੀ ਹਾਂ ਜੋ ਉਹਨੂੰ ਲੋਕ ਲੰਘਦੇ ਨੂੰ ਸਲੂਟ ਮਾਰਿਆ ਕਰਨ ਜੀ। ਅੱਛਾ, ਇਸ ਤੋਂ ਆਪਾਂ ਹਟ ਕੇ ਗੱਲ ਕਰਦੇ ਹਾਂ, ਕਿਉਂਕਿ ਹੁਣ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇੜੇ ਆ ਰਹੀਆਂ ਨੇ, ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਜਿਹੜਾ ਅਨਾਊਂਸ ਵੀ ਕਰਤੇ ਪਟਿਆਲੇ ਤੋਂ ਡਾਕਟਰ ਬਲਵੀਰ ਸਿੰਘ ਨੇ, ਕਿ ਤੁਹਾਨੂੰ ਲੱਗਦਾ ਤੁਸੀਂ ਜਿਹੜਾ ਉਹਨਾਂ ਦਾ ਸਾਥ ਦਿਓਗੇ?
ਗੱਲ ਕੀਤੀ ਹੈ ਤੁਸੀਂ ਉਹਨਾਂ ਦੇ ਘਰ ਵੀ ਖੁਸ਼ੀ ਆਉਣ ਵਾਲੀ ਹੈ ਅਤੇ ਤੁਸੀਂ ਵੀ ਉਹਨਾਂ ਦੇ ਘਰ ਜਾਓਗੇ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ ਕਿਉਂਕਿ ਤੁਹਾਡਾ ਬੜਾ ਫੇਮ ਹੈ ਅਲੱਗ ਜਿਹੜੀ ਪਛਾਣ ਹੈ ਉਹਨਾਂ ਦੇ ਘਰ ਵਧਾਈ ਦੇਣ ਵਾਸਤੇ ਖਾਸ ਤੌਰ 'ਤੇ ਤੁਹਾਡਾ ਜਿਹੜਾ ਭਾਈਚਾਰਾ ਉਹ ਜਾਵੇਗਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਮਾਨ ਸਾਹਿਬ ਦੇ ਵੀ ਜਾਊਂਗੀ ਮੇਰਾ ਤਾਂ ਭਰਾ ਹੈ ਜੀ ਉਹ ਜਿਹਨੂੰ ਆਪਣਾ ਦਿਲ ਤੋਂ ਹੀ ਭਰਾ ਮੰਨ ਲਿਆ ਹੈ ਨਾ ਅਤੇ ਦੇਖੋ ਭਰਾ ਤਾਂ ਰਿਸ਼ਤੇ ਤਾਂ ਜਨਮਾਂ ਦੇ ਹੁੰਦੇ ਨੇ ਜੀ ਮੈਂ ਜਿਹਨੂੰ ਆਪਣਾ ਭਰਾ ਮੰਨ ਲਿਆ ਤਾਂ ਮੇਰਾ ਭਰਾ ਹੀ ਉਹ ਰਹਿੰਦੀ ਦੁਨੀਆ ਤੱਕ ਮੇਰਾ ਭਰਾ ਹੀ ਰਹਿਣਾ ਮੇਰੀ ਭਾਬੀ ਰਹਿਣੀ ਹੈ ਡਾਕਟਰ ਗੁਰਪ੍ਰੀਤ ਕੌਰ ਜੀ ਪਰਮਾਤਮਾ ਕਰੇ ਤੰਦਰੁਸਤੀਆਂ ਹੋਵੇ ਮੈਂ ਤਾਂ ਇਹੀ ਦੁਆ ਕਰਦੀ ਹਾਂ ਜਿੱਥੇ ਮੇਰੇ ਭਾਈ ਭਰਜਾਈ ਦੀ ਕਲਮ ਚੱਲੇ ਉਹ ਹਮੇਸ਼ਾ ਹੱਕ ਅਤੇ ਸੱਚ ਲਈ ਉਹ ਚੱਲੇ ਬਸ ਉਮੀਦਾਂ ਬੜੀਆਂ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਤੁਸੀਂ ਗੱਲ ਕੀਤੀ ਹੈ ਕਿਉਂਕਿ ਜਿਸ ਤਰ੍ਹਾਂ ਉਹਦੀ ਗਾਇਕੀ ਸੀ ਕਿ ਤੁਹਾਨੂੰ ਲੱਗਦਾ ਵੀ ਇਹ ਛੋਟਾ ਬੱਚਾ ਉਸ ਰਾਹ 'ਤੇ ਚੱਲ ਸਕਿਆ ਕਿਉਂਕਿ ਅਜੇ ਸਮਾਂ ਬਹੁਤ ਪਿਆ ਕਿਉਂਕਿ ਲੋਕਾਂ ਨੂੰ ਉਮੀਦਾਂ ਬੜੀਆਂ ਨੇ ਕੀ ਸਮਝਦੇ ਉਸਨੂੰ ਦੇਖੋ ਜੀ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦੀ ਆਪਾਂ ਤਾਂ ਕਹਿੰਦੇ ਹਾਂ ਜੀ ਉਹ ਲੰਬੀਆਂ ਉਮਰਾਂ ਵਾਲਾ ਹੋਵੇ ਤੰਦਰੁਸਤ ਰਹੇ ਕੋਈ ਅੱਛੇ ਕੰਮ ਕਰੇ ਮੇਰਾ ਪੁੱਤ ਕੋਈ ਐਸਾ ਅਫਸਰ ਬਣ ਜੇ ਐਸਾ ਕੋਈ IPS PCS ਅਫਸਰ ਬਣੇ ਮੈਂ ਤਾਂ ਕਹਿੰਦੀ ਹਾਂ ਜੋ ਉਹਨੂੰ ਲੋਕ ਲੰਘਦੇ ਨੂੰ ਸਲੂਟ ਮਾਰਿਆ ਕਰਨ ਜੀ ਫਿਰ ਹੋਰ ਪਾਰਟੀਆਂ ਵੀ ਕਹਿੰਦੇ ਉੱਧਰ ਮਹਿਲਾ ਵਾਲੇ ਵੀ ਲੜ ਰਹੇ ਨੇ ਮਹਾਰਾਣੀ ਪਰਨੀਤ ਕੌਰ ਵੀ ਲੜ ਰਹੇ ਨੇ ਅਤੇ ਦੂਜੇ ਪਾਸੇ ਕਹਿੰਦੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਤਾਂ ਅਨਾਊਂਸ ਕਰਤੇ ਪਰ ਅਕਾਲੀ ਦਲ ਅਤੇ BJP ਦਾ ਗੱਠਬੰਧਨ ਹੋ ਜੂਗਾ ਅਤੇ ਮਹਾਰਾਣੀ ਪਰਨੀਤ ਕੌਰ ਨੂੰ ਟਿਕਟ ਮਿਲ ਸਕਦੀ ਹੈ ਅਤੇ ਕਾਂਗਰਸ ਅਜੇ ਫਾਈਨਲ ਨਹੀਂ ਹੋਇਆ ਮਿਲ ਸਕਦੀ ਹੈ ਫਿਰ ਸਾਥ ਕਿੱਦਾਂ ਦਿਓਗੇ ਤੁਸੀਂ ਫਿਰ ਦੇਖੋ ਜੀ ਮਹਾਰਾਣੀ ਸਾਹਿਬ ਵੀ ਮੇਰੇ ਮੰਮੀ ਜੀ ਨੇ ਉਹਨਾਂ ਨੂੰ ਵੀ ਮੈਂ ਆਪਣੀ ਮਾਂ ਮੰਨਦੀ ਹਾਂ ਹੈ ਨਾ ਬੀਬਾ ਜੈਇੰਦਰ ਕੌਰ ਮੇਰੀ ਭੈਣ ਆ ਵੱਡੀ ਰਾਜੀ ਰਹਿਣ ਦੇਖੋ ਸਾਥ ਦੇਣ ਦੀ ਗੱਲ ਤਾਂ ਹੁਣ ਦੇਖੋ ਆਪਾਂ ਤਾਂ ਉਹ ਸਮਾਜ 'ਚੋਂ ਆਪਾਂ ਤਾਂ ਦੇਖੋ ਚਾਹੇ ਡਾਕਟਰ ਬਲਵੀਰ ਨੇ ਪਰ ਪਾਪਾ ਫਿਰ ਵੀ ਕਹਿੰਦੇ ਹਾਂ ਪਰਮਾਤਮਾ ਉਹਨਾਂ ਨੂੰ ਤੰਦਰੁਸਤੀਆਂ ਦੇਵੇ ਬਸ ਸਿੱਧੀ ਜੀ ਗੱਲ ਹਾਰ ਜਿੱਤ ਤਾਂ ਬਣੀ ਹੋਈ ਆ ਜੀ ਇਹਦਾ ਜਿਹੋ ਜਿਹਾ ਤੁਸੀਂ ਬੀਜਣਾ ਇਹੋ ਜਿਹਾ ਵਾਢੀ ਲੈਣਾ ਹੈ ਪਾਰਟੀ ਤੋਂ ਹੁਣ ਮੈਂ ਪਤਾ ਕਿ ਆਜ਼ਾਦ ਮੈਂ ਪਹਿਲਾਂ ਲੜ ਚੁੱਕੀ ਹਾਂ ਇੱਕ ਵਾਰ ਹੈ ਨਾ ਮੈਂ MLA ਦੀ ਇਲੈਕਸ਼ਨ ਲੜ ਚੁੱਕੀ ਹਾਂ ਹਾਰ ਚੁੱਕੀ ਹਾਂ ਮੈਂ ਇਸ ਗੱਲ ਦੀ ਬੇਸ਼ਰਮੀ ਨਹੀਂ ਮੰਨਦੀ ਹੈਗੀ ਹੈ ਨਾ ਕਿਉਂਕਿ ਮੈਂ ਬੇਸ਼ੱਕ ਅੱਜ ਹਾਰੀ ਹੋਈ MLA ਹਾਂ ਪਰ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਮਾਣ ਆ ਕਿ ਮੈਂ ਯਾਰ ਇੱਕ MLA 'ਤੇ ਤਾਂ ਲੜੀ ਸੀ ਨਾ ਦੇਖੋ ਇੰਨੀ ਛੋਟੀ ਉਮਰ 'ਚ MLA ਲੜਨਾ ਹੀ ਬਹੁਤ ਵੱਡੀ ਗੱਲ ਹੈ ਦੇਖੋ ਦੋ ਮੈਦਾਨ ਦੇ ਵਿੱਚ ਜਿਹੜੇ ਨੇ ਘੋਲ ਕਰਦੇ ਨੇ ਪਹਿਲਵਾਨ ਇੱਕ ਨੇ ਤਾਂ ਗਿਰਨਾ ਹੀ ਆ ਇਹ ਤਾਂ ਸੱਚ ਹੈ ਇਸ ਵਾਰ ਫਿਰ ਕੀ ਲੱਗਦਾ ਮੈਦਾਨ ਦੇ ਵਿੱਚ ਆਉਂਗੇ ਤੁਸੀਂ ਦੇਖੋ ਅਜੇ ਤਾਂ ਮੇਰਾ ਕੋਈ ਮਨ ਨਹੀਂ ਹੈਗਾ ਹਾਂ ਜੇ ਕੋਈ ਮੈਨੂੰ ਪਾਰਟੀ ਅੱਛੀ ਸਪੋਰਟ ਕਰਦੀ ਹੈ ਕਿਉਂਕਿ ਜਿਹੜਾ MP ਦਾ ਹੁੰਦਾ ਨਾ ਜੀ ਮੈਂਬਰ ਆਫ ਪਾਰਲੀਮੈਂਟ ਇਹ ਤਾਂ ਥੋੜ੍ਹਾ ਜਿਹਾ ਵੱਡਾ ਕਨਸੈਪਟ ਹੁੰਦਾ ਦਾਇਰਾ ਵੀ ਵੱਡਾ ਹੁੰਦਾ ਇਹਦਾ ਦਾਇਰਾ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ ਨਾ ਇਹ ਹਰੇਕ ਕੋਈ ਨਹੀਂ ਲੜ ਸਕਦਾ MP ਦੀ ਇਲੈਕਸ਼ਨ MLA ਦੀ ਤਾਂ ਬਹੁਤ ਜਾਣੇ ਲੜ ਲੈਂਦੇ ਨੇ ਇਹ ਗੱਲ ਸੱਚ ਹੈ MP ਦੀ ਇਲੈਕਸ਼ਨ ਲੜਨ ਲਈ ਥੋੜ੍ਹਾ ਜ਼ਿਆਦਾ ਵੱਡਾ ਜਿਗਰਾ ਚਾਹੀਦਾ ਹੈ ਤੁਹਾਡੇ ਪਰਿਵਾਰ ਦੇ ਨਾਲ ਰਿਲੇਟਡ ਸਵਾਲ ਸੀ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਕਮਿਊਨਿਟੀ ਦੀ ਗੱਲ ਕੀਤੀ ਜਾਵੇ ਕਿ ਤੁਹਾਨੂੰ ਲੱਗਦਾ ਨਹੀਂ ਇਸ ਪੱਖੋਂ ਜਿਹੜਾ ਦੂਰ ਰੱਖਿਆ ਜਾਂਦਾ ਜਾਂ ਚੋਣਾਂ ਦੀ ਹੋਣ ਜਾਂ ਕੋਈ ਸਮਾਜ ਦੇ ਕਿ ਇਦਾਂ ਦੇ ਕਾਰਜ ਹੋਣ ਵੀ ਤੁਹਾਨੂੰ ਜਿਹੜਾ ਸ਼ਮੂਲੀਅਤ ਕਰਨ ਤੋਂ ਜਿਹੜਾ ਬਿਲਕੁਲ ਆਪਾਂ ਕਹਿੰਦਾ ਗਰੇਜ ਕੀਤਾ ਜਾਂਦਾ ਕਿ ਇੱਦਾਂ ਕਿਉਂ ਮੰਨਦੇ ਤੁਸੀਂ ਨਹੀਂ 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 ਪਤਾ ਕਿ ਜਿਹੜੀ ਸਾਡੀ ਕਮਿਊਨਿਟੀ ਆ ਨਾ ਜੀ ਉਹ ਇਹ ਚੱਕਰਾਂ 'ਚ ਪੈਣਾ ਨਹੀਂ ਚਾਹੁੰਦੀ ਉਹ ਹੈ ਰੱਬ ਰੱਬ ਕਰਨ ਵਾਲੀ ਕਮਿਊਨਿਟੀ ਮੇਰੇ ਵੱਡੇ ਗੁਰੂ ਜੀ ਨੇ ਮਹੰਤ ਪੂਨਮ ਜੀ ਬੜੀ ਅੰਮਾ ਦਾ ਨਾਮ ਲੈ ਰਹੀ ਹੈ ਮਾਫੀ ਚਾਹੁੰਦੀ ਉਹਦਾ ਨਾਮ ਲੈਣ ਤੋਂ ਪਹਿਲਾਂ ਮਹੰਤ ਸ਼ਬਨਮ ਜੀ ਮੇਰੇ ਗੁਰੂ ਜੀ ਤਮੰਨਾ ਮਹੰਤ ਜੀ ਹੈ ਨਾ ਉਹਨਾਂ ਦਾ ਮੈਂ ਕਹਿੰਦੀ ਜੀ ਤੁਸੀਂ ਉਹਨਾਂ ਦਾ ਚਿਹਰਾ ਦੇਖੋਗੇ ਨਾ ਤੁਸੀਂ ਕਹੋਗੇ ਯਾਰ ਕਿਆ ਨੂਰ ਹੈ ਤੁਸੀਂ ਦੇਖਿਆ ਹੋਇਆ ਮੇਰੇ ਗੁਰੂ ਜੀ ਹੈ ਨਾ ਵੱਡੇ ਗੁਰੂ ਜੀ ਮਹੰਤ ਪੂਨਮ ਜੀ ਤੁਸੀਂ ਦੇਖਿਆ ਹੀ ਆ ਵੀ ਉਹਨਾਂ ਦੇ ਰੁਤਬੇ ਨੇ ਕੁਛ ਕਹਿੰਦੇ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ ਵੇ ਰੱਖ ਸਾਂਭ ਕੇ ਤੂੰ ਆਪਣੀ ਅਮੀਰੀ ਸੱਜਣਾ ਵੇ ਅਤੇ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ ਵੇ ਉਹ ਤਾਂ ਫਕੀਰ ਰੂਹਾਂ ਨੇ ਜੀ ਹੈ ਨਾ ਬੇਸ਼ੱਕ ਉਹ ਪੜ੍ਹੇ ਲਿਖੇ ਨਹੀਂ ਹੈਗੇ ਪਰ ਭਾਵੇਂ ਮੇਰੇ ਜਿਹੜੇ ਗੁਰੂ ਜੀ ਨੇ ਉਹ ਇੰਨਾ ਪੜ੍ਹੇ ਲਿਖੇ ਨਹੀਂ ਪਰ ਉਹ ਗਿਆਨਵਾਨ ਬਹੁਤ ਨੇ ਸਮਝਦਾਰ ਬਹੁਤ ਨੇ ਸੁਲਝੇ ਹੋਏ ਬਹੁਤ ਨੇ ਐਕਸਪੀਰੀਅੰਸ ਬਹੁਤ ਆ ਜ਼ਿੰਦਗੀ ਨਾਲ ਉਹਨਾਂ ਦਾ ਗਿਆਨ ਪੂਰਾ ਰੱਖਦੇ ਨੇ ਉਹ ਬਸ ਉਹ ਕੁਛ ਕਾਰਨਾਂ ਕਰਕੇ ਆਪਣੀ ਮਸਤੀ 'ਚ ਮਸਤ ਨੇ ਜੀ ਰੂਹਾਂ ਚਲੋ
ਰੱਬ ਰਵੀ ਨੂੰ ਹੁੰਦੀਆਂ ਨੇ ਉਹ ਆਪਣੇ ਮਸਤ 'ਚ ਮਸਤ ਰਹਿੰਦੀਆਂ ਨੇ। ਅਤੇ ਦੂਜਾ ਮੇਰਾ ਇੱਕ ਲਾਸਟ ਸਵਾਲ ਆ, ਤੁਸੀਂ ਲੇਟੈਸਟ ਜਿਹੜੀ ਖਬਰ ਪੜ੍ਹੀ ਹੋਣੀ ਹੈ, ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਸਿਆਸਤ ਜਿਹੜੇ ਨੇ ਉਹ ਛੱਡ ਸਕਦੇ ਨੇ, ਹੁਣ ਦੁਬਾਰਾ ਫਿਰ ਨੇ ਉਹ ਕ੍ਰਿਕਟ ਦੇ ਵਿੱਚ ਕਮੈਂਟਰੀ ਕਰਨਗੇ, ਉਹ ਵੀ ਹਿੰਦੀ ਦੇ ਵਿੱਚ, ਕਿਉਂਕਿ IPL ਮੈਚ ਚੱਲ ਰਿਹਾ ਨਾ, ਉਹਦੇ ਵਿੱਚ ਕਮੈਂਟਰੀ ਕਰਨਗੇ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ, ਜੇ ਉਹ ਛੱਡਦੇ ਨੇ ਕਿ ਤੁਹਾਨੂੰ ਲੱਗਦਾ ਪੰਜਾਬ ਦਾ ਕੋਈ ਨੁਕਸਾਨ ਹੈਗਾ? ਦੇਖੋ ਜੀ, ਨਵਜੋਤ ਸਿੰਘ ਸਿੱਧੂ ਵੀ ਮੇਰੇ ਵੱਡੇ ਭਰਾਵਾਂ ਵਰਗਾ, ਹੈ ਨਾ, ਵੀਰਾ ਕਹਿ ਲਓ, ਪਿਓਆਂ ਸਮਾਨ ਕਹਿ ਲਓ। ਦੇਖੋ ਉਹਨਾਂ ਦੀ ਇੱਕ ਪਰਸਨਲੀ ਲਾਈਫ ਆ, ਉਹਦੀ ਇੱਕ ਪਰਸਨਲ ਜ਼ਿੰਦਗੀ ਆ, ਮੈਂ ਉਹਨਾਂ ਬਾਰੇ ਟਿੱਪਣੀ ਕਰਦਾ ਵੀ ਉਹ ਤਾਂ ਲੜਨਾ ਚਾਹੀਦਾ ਜੀ, ਉਹਨਾਂ ਨੂੰ ਨਹੀਂ ਲੜਨਾ ਚਾਹੀਦਾ, ਠੀਕ ਹੈ, ਜਿੰਨਾ ਟਾਈਮ ਉਹਨਾਂ ਦਾ ਦਿਲ ਕੀਤਾ ਉਹਨਾਂ ਨੇ ਸਿਆਸਤ ਕਰੀ, ਅੱਜ ਉਹਨਾਂ ਦਾ ਉੱਧਰ ਇੰਟਰਸਟ ਆ, ਹੈ ਨਾ। ਮੈਂ ਤਾਂ ਦੇਖੋ ਜੋ ਪਹਿਲਾਂ ਉਹਨਾਂ ਦੀ ਮਿਸਿਜ਼ ਬਿਮਾਰ ਚੱਲ ਰਹੀ ਸੀ, ਉਹਨਾਂ ਨੂੰ ਇੱਕ ਤੁਸੀਂ ਤਾਂ ਸਭ ਨੂੰ ਪਤਾ ਹੀ ਆ ਨਾ, ਕਿਉਂਕਿ ਕਾਫੀ ਗੰਭੀਰ ਬਿਮਾਰੀ ਤੋਂ ਜਿਹੜੇ ਸੀ ਪੀੜਿਤ ਹੋ ਗਏ ਸੀ। ਆਪਾਂ ਤਾਂ ਕਹਿੰਦੇ ਹਾਂ ਜੀ, ਬੱਚੇ ਵਾਲੇ ਹੋ ਤੁਸੀਂ, ਲੰਬੀਆਂ ਉਮਰਾਂ ਵਾਲੇ ਹੋਵੋ ਯਾਰ, ਤੁਹਾਨੂੰ ਕੁਛ ਨਾ ਹੋਵੇ, ਆਪਾਂ ਤਾਂ ਪੱਲਾ ਅੱਡ ਕੇ ਦੁਆ ਕਰਦੇ ਹਾਂ, ਹੈ ਨਾ। ਚਾਹੇ ਉਹ ਕੋਈ ਮੇਰੀ ਸਿਆਸਤ 'ਚ ਜ਼ਰੂਰ ਮੰਤਰੀਆਂ ਸੰਤਰੀਆਂ ਨਾਲ ਲੜਾਈ ਆ, ਪਰ ਮੇਰੀ ਪਰਸਨਲੀ ਦਿਲ ਤੋਂ ਕਿਸੇ ਨਾਲ ਕੋਈ ਬਦਦੁਆ ਨਹੀਂ ਹੈਗੀ। ਮੈਂ ਤਾਂ ਕਹਿੰਦੀ ਹਾਂ, ਤੁਸੀਂ ਕੋਈ ਗੱਲ ਨਹੀਂ, ਤੁਸੀਂ ਖਾ ਗਏ ਪੈਸੇ, ਕੋਈ ਗੱਲ ਨਹੀਂ, ਜਨਤਾ ਦੇ ਖਾ ਗਏ, ਰੱਬ ਕਰੂਗਾ ਹਿਸਾਬ, ਪਰ ਤੁਸੀਂ ਲੰਬੇ ਉਮਰਾਂ ਵਾਲੇ ਹੋਣ, ਤੁਹਾਡੇ ਬੱਚੇ, ਤੁਸੀਂ ਤੰਦਰੁਸਤ ਰਹੋ। ਜਸਲੀਨ ਦਾ ਏਮ ਕੀ ਹੈ, ਕਿਉਂਕਿ ਜਸਲੀਨ ਕੀ ਕਰਨਾ ਚਾਹੁੰਦੀ ਹੈ? ਜਸਲੀਨ ਦਾ ਇੱਕ MLA ਬਣਨਾ ਚਾਹੁੰਦੀ ਹੈ। ਥੈਂਕ ਯੂ, ਓਕੇ ਜੀ। ਸੋ ਬਿਲਕੁਲ, ਇਹ ਸਨ ਜਸਲੀਨ ਪਟਿਆਲਾ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਕਿਹਾ ਕਿ ਮੈਂ ਸਿਆਸਤ ਦੇ ਵਿੱਚ ਆਉਣਾ ਚਾਹੁੰਦੀ ਹਾਂ ਅਤੇ ਮੇਰਾ ਜਿਹੜਾ ਏਮ ਆ ਉਹ ਮੈਂ MLA ਬਣਨਾ ਚਾਹੁੰਦੀ ਹਾਂ। ਜੇਕਰ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਦੇ ਕੋਲ ਜਾਣਗੇ ਅਤੇ ਖੁਸ਼ੀਆਂ ਜਿਹੜੀਆਂ ਨੇ ਸਾਂਝੀਆਂ ਕਰਨਗੇ। ਜੇਕਰ ਗੱਲ ਕੀਤੀ ਜਾਵੇ ਮਹੰਤਾ ਦੀ ਤਾਂ ਉਹਨਾਂ ਵੱਲੋਂ ਵੀ ਜਿਹੜਾ ਆਪਣੇ ਪਦਰ 'ਤੇ ਜਿਹੜੀ ਖੁਸ਼ੀ ਆ ਉਹ ਮਨਾਈ ਗਈ ਹੈ, ਨੱਚ ਟੱਪਿਆ ਗਿਆ, ਲੱਡੂ ਵੰਡੇ ਗਏ ਨੇ ਅਤੇ ਲੋਕਾਂ ਦਾ ਜਿਹੜਾ ਮੂੰਹ ਮਿੱਠਾ ਉਹ ਕਰਵਾਇਆ ਗਿਆ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।